ਪਰਚਾ ਹੋਇਆ ਤਾਂ ਮੈਨੂੰ ਮੀਡੀਆ ਰਾਹੀਂ ਪਤਾ ਲੱਗਿਆ ਹੈ ਨਾ, ਅਤੇ ਫਿਰ ਮੈਂ ਦੇਖਿਆ ਵੀ ਕਿੱਦਾਂ, ਮੈਨੂੰ ਇਹ ਲੱਗਦਾ ਵੀ ਸ਼ਾਇਦ ਉਹਨਾਂ ਨੇ ਇੱਕ ਦੇਖ ਲਿਆ ਵੀ ਸਟੰਟ ਇਹਦੇ 'ਤੇ ਪਰਫੋਰਮ ਹੋ ਰਿਹਾ ਵੀ ਬਸ ਇਹਨੂੰ ਵੀ ਨਾਲ ਰੱਖ ਲੋਕ ਲੱਗਾ। ਜਦੋਂ 7 ਸਾਲ ਪਹਿਲਾਂ ਜਿਹੜਾ ਦੌਰ ਸੀਗਾ ਉਸ ਟਾਈਮ ਫੈਨ ਫੋਲੋਇੰਗ ਸਾਡੀ ਜਾਂ ਸਾਡੀ ਜਿਹੜੀ ਸਰਚਿੰਗ ਸੀਗੀ ਜਾਂ ਟੀਮ ਕੰਮ ਕਰਦੀ ਸੀ, ਅਸੀਂ ਜੋਸ਼ੀਲੇ ਗਾਣੇ, ਉਹਦੇ 'ਚ ਅਸੀਂ ਇੱਕ ਫਾਇਰ ਗਾਣਾ ਵੀ ਬਣਵਾਇਆ ਸੀ ਪੂਰੇ ਹੋਸ਼ ਵਿੱਚ ਮਾਰੇ ਫਾਇਰ ਜੱਟ ਨੇ, ਉਹ ਵੀ ਜਿਹੜਾ ਯੂਟਿਊਬ ਵੱਲੋਂ ਅਤੇ ਚੈਨਲਾਂ ਵੱਲੋਂ ਬੈਨ ਹੋਇਆ ਹੈ। ਜਦੋਂ ਪਤਾ ਲੱਗਿਆ ਗਾਣੇ ਦਾ ਵੀ ਹਾਂ ਇਹਦਾ ਵੀ ਜਿਹੜਾ ਹੈਗਾ ਵੀ ਵਰਡਿੰਗ 'ਤੇ ਵੀ ਸਰਕਾਰ ਨੇ ਇਹਦੇ 'ਤੇ ਪਰਚਾ ਦਿੱਤਾ, ਅਤੇ ਪਰ ਵੱਡੀ ਗੱਲ ਇਹ ਆ ਵੀ 7 ਸਾਲ ਜਿਹੜੀ ਪੁਰਾਣੀ ਚੀਜ਼ ਆ ਉਹਨੂੰ ਆਪਾਂ ਜਾਂ ਤਾਂ ਜੇ ਉਹਨੂੰ ਰੋਕ ਸਕਦੇ ਹੁੰਦੇ ਹਾਂ, ਜਿਵੇਂ ਸਰਕਾਰ ਸਾਨੂੰ ਕੋਈ ਨੋਟਿਸ ਦੇਵੇ ਵੀ ਇਹ ਤੁਸੀਂ ਗਾਣੇ ਨਹੀਂ ਗਾਉਣੇ ਜਾਂ ਰਿਟਰਨ ਦੇ ਵਿੱਚ ਵੀ ਇਹਨੂੰ ਤੁਸੀਂ ਰਿਮੂਵ ਕਰ ਦਿਓ, ਤਾਂ ਅਸੀਂ ਉਹਨੂੰ ਰਿਮੂਵ ਕਰ ਸਕਦੇ ਹਾਂ ਜਿੱਥੇ ਜਿੱਥੇ ਤੱਕ ਸਾਡੀ ਪਹੁੰਚ ਹੈਗੀ, ਜਿਵੇਂ ਯੂਟਿਊਬ ਜਾਂ ਕਹਿ ਲਓ ਸਪੋਟੀਫਾਈ ਆ। ਪਰ ਜੋ ਚੀਜ਼ ਲੋਕਾਂ ਤੱਕ ਆਲਰੇਡੀ ਜਾ ਚੁੱਕੀ ਆ, ਘਰਾਂ ਘਰੋ ਘਰ ਪਹੁੰਚ ਚੁੱਕੀ ਆ, ਚਾਹੇ ਉਹ ਰੀਲਸ ਕਹਿ ਲਓ, ਚਾਹੇ ਉਹਨਾਂ ਦੇ ਕੋਲ ਕੋਈ ਡਾਊਨਲੋਡਿੰਗ ਦੇ ਰਾਹੀਂ ਆਡੀਓ ਜਾ ਚੁੱਕੀ ਆ, ਉਹ ਦੁਬਾਰਾ ਫਿਰ ਪੈ ਪੂ ਜਾਂਦੀ ਆ। ਥੋੜੀ ਹੈਪੀ ਮਤਲਬ ਨਾ ਕੋਈ ਗੱਲਬਾਤ ਹੋਈ ਸੀ ਵੀ ਮੇਰਾ ਗਾਣਾ ਲਾ ਕੇ ਕੁਛ ਇਸ ਤਰ੍ਹਾਂ ਨਹੀਂ ਨਹੀਂ ਭਾਈ ਕਿ ਤੁਹਾਨੂੰ ਬਸ ਰੈਂਡਮਲੀ ਪਤਾ ਉਹਨੇ? ਆਪਾਂ ਕਦੇ ਵੀ ਨਹੀਂ, ਅਸੀਂ ਜਦੋਂ ਸਾਨੂੰ ਪਤਾ ਲੱਗ ਜਾਂਦਾ ਨਾ ਕੋਈ ਵੀ, ਕਿਉਂਕਿ ਦੇਖੋ ਅਸੀਂ ਆਪ ਕਲਾਕਾਰ ਇੱਕ ਸਮਾਜ ਦਾ ਸ਼ੀਸ਼ਾ ਹੁੰਦਾ, ਸਟੇਜਾਂ 'ਤੇ ਵੀ ਇੱਦਾਂ ਹੀ ਹੈ, ਸਾਨੂੰ ਕੋਈ ਡਿਮਾਂਡ ਆਉਂਦੀ ਆ ਅਸੀਂ ਸਟੋਪ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ ਵੀ ਨਾ, ਪਰ ਹਰੇਕ ਡਿਮਾਂਡ ਐਂਡ ਸਪਲਾਈ ਦੇ ਸਿਰ 'ਤੇ ਹਰੇਕ ਬਿਜ਼ਨਸ ਚੱਲਦਾ। ਅਸੀਂ ਡਿਮਾਂਡਿੰਗ ਸੀਗੇ ਇਹ ਗਾਣਿਆਂ ਨੂੰ ਲੈ ਕੇ, ਉਦੋਂ ਇਹ ਗਾਣੇ ਅਸੀਂ ਪਰਫੋਰਮ ਕੀਤੇ, ਪਰ ਹੁਣ ਸਾਨੂੰ ਪਤਾ ਵੀ ਸਰਕਾਰ ਸਖਤ ਆ, ਤਾਂ ਅਸੀਂ ਇਹ ਚੀਜ਼ਾਂ ਦਾ ਖਾਸ ਖਿਆਲ ਰੱਖਦੇ ਹਾਂ ਵੀ ਕਿਤੇ ਵੀ ਕੋਈ ਜੋਸ਼ੀਲਾ ਗੀਤ ਜਾਂ ਕੋਈ ਉਹੋ ਜਿਹੀ ਵਰਡਿੰਗ ਨਾ ਯੂਜ਼ ਕੀਤੀ ਜਾਵੇ ਜਿਹਦੇ ਨਾਲ ਕਿਸੇ ਦਾ ਕੋਈ ਨੁਕਸਾਨ ਹੋ। ਮੀਡੀਆ ਦੇ ਵਿੱਚ ਆ ਗਿਆ ਵੀ ਭਾਈ ਹੈਪੀ ਮੱਲਾ 'ਤੇ ਪਰਚਾ ਹੋ ਗਿਆ, ਫਿਰ ਤੁਹਾਡੀ ਗੱਲਬਾਤ ਹੋਈ ਹੈਪੀ ਦੇ ਨਾਲ? ਹੈਪੀ ਨਾਲ ਉਦੋਂ 'ਚ ਮੇਰੀ ਗੱਲ ਹੋਈ, ਮੈਨੂੰ ਪੁੱਛਿਆ, ਉਹ ਕਹਿੰਦਾ ਵੀਰੇ ਮੈਂ ਤੁਹਾਡਾ ਫੈਨ ਹਾਂ ਵੀ ਮੈਂ ਗਾਣੇ ਤੁਹਾਡੇ ਸੁਣਦਾ ਰਹਿੰਦਾ। ਮੈਂ ਕਿਹਾ ਵੀ ਕੀ ਹੋਇਆ ਸੀ? ਉਹਨੇ ਮੈਂ ਦੱਸਿਆ ਵੀ ਮੈਂ ਰੀਲ ਜਿਹੜੀ ਹੈਗੀ ਉਹ ਪਾਈ ਸੀ ਆਪਦੇ ਅਕਾਊਂਟ 'ਤੇ, ਵੀ ਉਹ ਤੋਂ ਬਾਅਦ ਕਹਿੰਦਾ ਵੀ ਮੇਰੇ 'ਤੇ ਕਾਰਵਾਈ ਹੋਈ ਆ ਵੀ ਨਾਲ ਹੀ ਉਹਨਾਂ ਨੇ ਤੁਹਾਡਾ ਜਿਹੜਾ ਨਾਮ ਮੈਂਸ਼ਨ ਕੀਤਾ। ਆਪਾਂ ਤਾਂ ਹੁਣ ਬਾਲੀਵੁੱਡ 'ਚ ਵੀ ਦੇਖਦੇ ਹਾਂ ਸਟੰਟ ਬਾਜੀ ਸਾਰੇ ਕਿਤੇ, ਇਸ ਤੋਂ ਵੀ ਖਤਰਨਾਕ ਸਟੰਟ। ਹਾਂ, ਇਹ ਕਲਾਕਾਰਾਂ ਨੇ ਇਹ ਗਾਇਆ, ਕਲਾਕਾਰ ਨੌਜਵਾਨੀ ਨੂੰ ਖਰਾਬ ਕਰ ਰਹੇ ਨੇ, ਨੌਜਵਾਨੀ ਨੂੰ ਪੁੱਛ ਲਈਏ ਤਾਂ ਨੌਜਵਾਨੀ ਕਹਿੰਦੇ ਕਲਾਕਾਰ ਇੱਦਾਂ ਦਾ ਗਾਉਂਦੇ ਨੇ, ਇਸ ਤਰ੍ਹਾਂ ਤਾਂ ਕਰਕੇ ਸੁਣ ਲੈਂਦੇ ਹਾਂ। ਯਾਨੀ ਕਲਾਕਾਰ ਆਡੀਅੰਸ ਨੂੰ ਕਹਿੰਦਾ, ਆਡੀਅੰਸ ਕਲਾਕਾਰ ਨੂੰ ਕਹਿੰਦੀ ਹੈ। ਹਾਂਜੀ, ਤੁਸੀਂ ਅਸਲ ਮਾਇਨੇ 'ਤੇ ਕਿਹਨੂੰ ਜ਼ਿੰਮੇਵਾਰ ਮੰਨਦੇ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗੁਰਪ੍ਰੀਤ ਸਿੰਘ ਬੱਲ, ਪੰਜਾਬ ਨਿਊਜ਼ ਦੇਖ ਰਿਹਾ, ਤੁਹਾਡਾ ਸਵਾਗਤ ਕਰਦਾ ਅਤੇ ਉਮੀਦ ਕਰਦਾ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ, ਪੰਜਾਬੀ ਸੰਗੀਤ ਜਗਤ ਦੀ ਗੱਲ ਕਰਾਂ ਤਾਂ ਅੱਜ ਕੱਲ੍ਹ ਮੈਨੂੰ ਲੱਗਦਾ ਹਰ ਇੱਕ ਯੂਥ ਦੇ ਵਿੱਚ ਜੇ ਕੋਈ ਨੌਜਵਾਨ ਆਉਂਦਾ, ਮੁੰਡਾ 12-13 ਸਾਲ ਤੋਂ ਉੱਤੇ ਟੱਪ ਜਾਂਦਾ ਨਾ, ਤਾਂ ਅੱਜ ਕੱਲ੍ਹ 90% ਲੋਕਾਂ ਦਾ ਸੁਪਨਾ ਇਹ ਹੁੰਦਾ ਵੀ ਮੈਂ ਕਲਾਕਾਰ ਬਣਾ। ਕਿਉਂ? ਕਲਾਕਾਰਾਂ ਕੋਲ ਪੈਸਾ ਬਹੁਤ ਹੈ, ਕਲਾਕਾਰਾਂ ਕੋਲ ਫੇਮ ਬਹੁਤ ਹੈ, ਕਲਾਕਾਰਾਂ ਨੂੰ ਲੋਕ ਦੂਰੋਂ ਪਛਾਣ ਲੈਂਦੇ ਨੇ, ਭਾਈ ਫਲਾਣਾ ਕਲਾਕਾਰ ਜਾਂਦਾ ਵੀ ਅਸੀਂ ਇਹਦੇ ਵਰਗੇ ਬਣੀਏ, ਇਹਨਾਂ ਕੋਲ ਗੱਡੀਆਂ ਵੱਡੀਆਂ ਨੇ, ਇਹਨਾਂ ਕੋਲ ਘਰ ਵੱਡੇ ਨੇ, ਇਹਨਾਂ ਕੋਲ ਪੈਸਾ ਖੁੱਲ੍ਹਾ। ਯਾਨੀ ਹਰ ਇੱਕ ਚੀਜ਼ ਜਿਹੜੀ ਐਸ਼ੋ ਆਰਾਮ ਦੀ ਜ਼ਿੰਦਗੀ ਆ ਉਹ ਕਲਾਕਾਰ ਦੇ ਕੋਲ ਹੁੰਦੀ ਹੈ, ਅਤੇ ਹਰ ਇੱਕ ਬੰਦਾ ਕਹਿੰਦਾ ਵੀ ਮੈਂ ਕਲਾਕਾਰ ਬਣਾ, ਮੇਰੇ ਕੋਲ ਮੇਰੀ ਫੈਮਿਲੀ ਹੋਵੇ, ਮੇਰੇ ਫੈਨਸ ਹੋਣ। ਪਰ ਉਹਨਾਂ ਕਲਾਕਾਰਾਂ ਦੇ ਪਿੱਛੇ ਲੱਗ ਕੇ ਕਈ ਵਾਰ ਕਈ ਲੋਕ ਐਸੀਆਂ ਗਲਤੀਆਂ ਵੀ ਕਰ ਲੈਂਦੇ ਨੇ ਕਿ ਜਿਨ੍ਹਾਂ ਗਲਤੀਆਂ ਦਾ ਭੁਗਤਾਵਾ ਵੀ ਬੜੇ ਲੰਬੇ ਸਮੇਂ ਤੱਕ ਭੁਗਤਣਾ ਪੈ ਸਕਦਾ। ਕਲਾਕਾਰੀ ਦੇ ਉੱਤੇ ਸਰਕਾਰ ਅੱਜ ਕੱਲ੍ਹ ਬੜੀ ਜ਼ਿਆਦਾ ਸਖਤ ਹੋ ਗਈ। ਪਿੱਛੇ ਜੇ ਤੁਸੀਂ ਵੇਖਿਆ ਕਿ ਟਰੈਕਟਰ ਦੇ ਸਟੰਟਾਂ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। ਇੱਕ ਪਿੰਡ ਦੇ ਵਿੱਚ ਕਿਸੇ ਮੈਦਾਨ ਦੇ ਵਿੱਚ ਟਰੈਕਟਰ ਘੁਮਾ ਰਿਹਾ ਸੀ ਅਤੇ ਉਹ ਨੌਜਵਾਨ ਉਹਦੇ ਟਰੈਕਟਰ ਦੇ ਥੱਲੇ ਆ ਗਿਆ ਅਤੇ ਉਹਦੀ ਮੌਤ ਹੋ ਗਈ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀ ਕੀਤਾ ਕਿ ਸਾਰੇ ਟਰੈਕਟਰਾਂ ਦੇ ਜਿਹੜੇ ਸਟੰਟ ਸੀਗੇ ਉਹ ਪੰਜਾਬ ਦੇ ਵਿੱਚ ਬੈਨ ਕਰਤੇ, ਜੋ ਬਹੁਤ ਚੰਗਾ ਫੈਸਲਾ ਵੀ ਸੀ। ਪਰ ਹਾਲ ਹੀ ਦੇ ਵਿੱਚ ਹੋਇਆ ਕੁਛ ਐਸਾ ਕਿ ਜਿਸ ਨੂੰ ਦੇਖ ਕੇ ਥੋੜ੍ਹੀ ਜਿਹੀ
ਸੋਚੀ ਪੈ ਜਾਂਦਾ ਸੀ ਬੰਦਾ ਵੀ ਹੋਇਆ ਕੀ ਇਹ ਅਤੇ ਕਿਉਂ ਅਤੇ ਕਿੱਦਾਂ ਹੋ ਸਕਦਾ। ਹੈਪੀ ਮਲਾ ਨਾਮ ਦਾ ਇੱਕ ਮੁੰਡਾ ਵੀ ਜਿਹੜਾ ਸਟੰਟ ਪਰਫੋਰਮ ਕਰਦਾ ਆ ਅਤੇ ਤੁਸੀਂ ਬਾਖੂਬੀ ਜਾਣਦੇ ਹੋ, ਕਾਫੀ ਗਾਣਿਆਂ ਦੇ ਵਿੱਚ ਵੱਡੇ ਵੱਡੇ ਨਾਮੀ ਸਿਤਾਰਿਆਂ ਦੇ ਵਿੱਚ, ਮੈਂ ਨਾਮ ਨਹੀਂ ਲੈਂਦਾ, ਉਹਨਾਂ ਦੇ ਗਾਣਿਆਂ ਦੇ ਵਿੱਚ ਵੀ ਉਹਨਾਂ ਨੇ ਆਪਣੇ ਜ਼ੋਹਰ ਦਿਖਾਏ ਨੇ, ਸਟੰਟ ਦਿਖਾਏ ਨੇ। ਪਰ ਹਾਲ ਹੀ ਦੇ ਵਿੱਚ ਉਹਨਾਂ ਨੇ ਇੱਕ ਵੀਡੀਓ ਅਪਲੋਡ ਕੀਤੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ। ਵੀਡੀਓ ਅਪਲੋਡ ਕੀਤੀ ਉੱਥੇ ਤੱਕ ਠੀਕ ਸੀ, ਪਰ ਉਸ ਤੋਂ ਬਾਅਦ ਉਸ ਬੈਕਗਰਾਊਂਡ 'ਤੇ ਜਿਹੜਾ ਆਪਾਂ ਕਈ ਵਾਰ ਗਾਣਾ ਲਾ ਦਿੰਦੇ ਹਾਂ, ਅੱਜ ਕੱਲ੍ਹ ਰੀਲਸ ਦੇ ਉੱਤੇ ਗਾਣੇ ਚੱਲਦੇ ਨੇ, ਬੈਕਗਰਾਊਂਡ 'ਤੇ ਲੱਗ ਜਾਂਦਾ, ਉਹ ਹੈਪੀ ਮੱਲਾ 'ਤੇ ਪਰਚਾ ਤਾਂ ਦਰਜ ਜਿਹੜਾ ਹੋਇਆ ਹੀ ਹੋਇਆ, ਪਰ ਨਾਲ ਦੇ ਨਾਲ ਜਿਹੜੇ ਕਲਾਕਾਰ ਨੇ ਉਹ ਗਾਣਾ ਗਾਇਆ ਸੀ ਅਤੇ ਉਹ ਕਲਾਕਾਰ ਦੇ ਉੱਤੇ ਵੀ ਪਰਚਾ ਦਰਜ ਹੋ ਗਿਆ, ਅਤੇ ਉਹ ਗਾਣਾ ਜਿਹੜਾ ਸੀ ਉਹ 7 ਸਾਲ ਪੁਰਾਣਾ। ਯਾਨੀ 7 ਸਾਲ ਪੁਰਾਣੇ ਨੂੰ ਗਾਣਾ ਜੇ ਅੱਜ ਕੋਈ ਬੰਦਾ ਆਪਣੇ ਪ੍ਰੋਫਾਈਲ 'ਤੇ ਲਾ ਕੇ ਪਾਉਂਦਾ ਤਾਂ ਉਸ ਕਲਾਕਾਰ 'ਤੇ ਕੀ ਪਰਚਾ ਬਣਦਾ ਹੈ ਜਾਂ ਨਹੀਂ। ਕਮਲ ਗਰੇਵਾਲ ਖੁਦ ਅੱਜ ਮੇਰੇ ਨਾਲ ਨੇ, ਉਹ ਗਾਣੇ ਨੂੰ ਬਾਖੂਬੀ ਨਿਭਾਉਣ ਵਾਲੇ, ਗਾਉਣ ਵਾਲੇ, ਕਿਉਂਕਿ ਬਾਈ ਉਹਨਾਂ ਦੇ ਪਹਿਲਾਂ ਵੀ ਗਾਣੇ ਬੜੇ ਤੁਸੀਂ ਸੁਪਰ ਡੁਪਰ ਹਿੱਟ ਕੀਤੇ ਉਹ ਟਾਈਮ 'ਤੇ, ਬਾਈ ਉਹਨਾਂ ਦਾ ਪੂਰਾ ਨਾਂ ਸੀ, ਅਤੇ ਅੱਜ ਬਾਈ ਮੇਰੇ ਨਾਮ ਨਾਲ ਨੇ ਵੀਰੇ। ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ ਜੀ? ਸਤਿ ਸ਼੍ਰੀ ਅਕਾਲ। ਸੇ ਚੜ੍ਹਦੀ ਕਲਾ? ਬਹੁਤ ਵਧੀਆ ਜੀ, ਚੜ੍ਹਦੀ ਕਲਾ। ਚਲੋ ਕਿਰਪਾ ਹੀ ਚਾਹੀਦੀ ਹੈ। ਮੈਂ ਸਭ ਤੋਂ ਪਹਿਲਾਂ ਸਵਾਲ ਇਹ ਕਰੂੰਗਾ ਵੀਰੇ, ਕਲਾਕਾਰ ਹਰ ਇੱਕ ਬੰਦਾ ਬਣਨਾ ਚਾਹੁੰਦਾ, ਕਲਾਕਾਰ ਦੀ ਜ਼ਿੰਦਗੀ ਹਰ ਇੱਕ ਨੌਜਵਾਨ ਨੂੰ ਪਸੰਦ ਹੈ, ਪੈਸਾ, ਸ਼ੋਹਰਤ, ਐਸ਼ੋ ਆਰਾਮ ਦੀ ਜ਼ਿੰਦਗੀ, ਅਤੇ ਖਾਸ ਕਰਕੇ ਲੋਕ ਪਹਿਚਾਣਦੇ ਨੇ, ਫੋਟੋਆਂ ਕਰਾਉਂਦੇ ਨੇ, ਹੈ ਨਾ। ਤੁਸੀਂ ਉਹ ਦੌਰ ਵੇਖ ਲਿਆ, ਤੁਸੀਂ ਹੰਢਾ ਲਿਆ, ਹੁਣ ਵੀ ਤੁਸੀਂ ਉਸ ਦੌਰ 'ਚੋਂ ਲੰਘ ਰਹੇ ਹੋ, ਪਰ ਜ਼ਿਆਦਾ ਹਾਲ ਹੀ ਦੇ ਵਿੱਚ ਤੁਹਾਨੂੰ ਪਤਾ ਲੱਗਿਆ ਵੀ ਤੁਹਾਡੇ 7 ਸਾਲ ਪੁਰਾਣੇ ਗਾਣੇ ਉੱਤੇ ਪਰਚਾ ਪੈ ਗਿਆ ਤੁਹਾਡੇ 'ਤੇ, ਫਿਰ ਪਹਿਲਾ ਰਿਐਕਸ਼ਨ ਕੀ ਸੀ? ਗਾਣਾ ਚਲੋ ਪੁਰਾਣਾ ਸੀ, ਹੈ ਨਾ, ਅਤੇ ਪਰ ਗਾਣਾ ਚਲੋ ਅੱਜ ਵੀ ਚੱਲ ਰਿਹਾ, ਅਸਲ ਮੇਂ ਜਿਹੜੀ ਚੀਜ਼ ਚੱਲ ਰਹੀ ਹੁੰਦੀ ਹੈ ਨਾ, ਅਤੇ ਉਹ ਕਦੇ ਪੁਰਾਣੀ ਨਹੀਂ ਹੁੰਦੀ। ਅਸਲ ਇਹ ਆ ਵੀ ਜਿਵੇਂ ਗਾਣੇ, ਮੈਨੂੰ ਇਹ ਲੱਗਦਾ ਹੁੰਦਾ ਵੀ ਆਪਾਂ ਜਿਹੜੇ ਪੁਰਾਣੇ ਲੈਜੈਂਡਸ ਦੇ ਗਾਣੇ ਆ ਉਹ ਅੱਜ ਵੀ ਸੁਣਦੇ ਹਾਂ, ਕਲਾਕਾਰ ਪੁਰਾਣਾ ਹੋ ਜਾਂਦਾ ਪਰ ਗਾਣੇ ਦੇ ਨਾਲ ਹੀ ਉਹ ਆਪਣੇ ਆਪ ਨੂੰ ਨਵਾਂ ਕਰਦਾ। 12 ਸਾਲ, 15 ਸਾਲ, 20 ਸਾਲ ਕੋਈ ਗਾਣਾ ਪੁਰਾਣਾ ਅੱਜ ਵੀ ਉਸੇ ਕਲਾਕਾਰ ਦੇ ਮੂੰਹ 'ਚੋਂ ਸੁਣਦੇ ਹਾਂ ਤਾਂ ਸਾਰਾ ਕੁਛ ਨਵਾਂ ਹੋ ਜਾਂਦਾ। ਅਤੇ ਗਾਣਾ ਅੱਜ ਵੀ ਰੀਲਾਂ ਦੇ ਉੱਪਰ ਕਾਫੀ ਪਾਪੂਲਰ ਆ, ਸਰਕਾਰੀ ਬੈਨ, ਜਿਨ੍ਹਾਂ ਉੱਤੇ ਸਰਕਾਰੀ ਬੈਨ ਆ, ਜੱਟ ਉਹਨਾਂ ਕੰਮਾਂ ਦਾ ਫੈਨ ਆ। ਅਸਲ ਮੈਂ ਪਰਚਾ ਹੋਇਆ ਤਾਂ ਮੈਨੂੰ ਮੀਡੀਆ ਰਾਹੀਂ ਪਤਾ ਲੱਗਿਆ, ਹੈ ਨਾ, ਅਤੇ ਫਿਰ ਮੈਂ ਦੇਖਿਆ ਵੀ ਕਿੱਦਾਂ, ਮੈਨੂੰ ਇਹ ਲੱਗਦਾ ਵੀ ਸ਼ਾਇਦ ਉਹਨਾਂ ਨੇ ਇੱਕ ਦੇਖ ਲਿਆ ਵੀ ਸਟੰਟ ਇਹਦੇ 'ਤੇ ਪਰਫੋਰਮ ਹੋ ਰਿਹਾ, ਵੀ ਬਸ ਇਹਨੂੰ ਵੀ ਨਾਲ ਰੱਖ ਲਓ ਕਲਾਕਾਰ ਨੂੰ, ਇਹ ਹਿਸਾਬ ਨਾਲ ਹੀ ਸਰਕਾਰ ਨੇ ਪਰਚਾ ਦੇ ਦਿੱਤਾ। ਯਾਨੀ ਮੈਂ ਇਹ ਕਹਿ ਸਕਦਾ ਵੀ ਗਾਣੇ ਦੀ ਕੁਛ ਵਰਡਿੰਗ ਵੀ ਉਸ ਤਰੀਕੇ ਦੇ ਵੀ ਜਿਨ੍ਹਾਂ ਉੱਤੇ ਸਰਕਾਰੀ ਵਰਡਿੰਗ ਕੰਮਾਂ ਦਾ ਵੀ ਫੈਨ ਹੈ, ਵਰਡਿੰਗ ਜੋਸ਼ੀਲੀ ਹੈ, ਕਿਉਂਕਿ ਉਸ ਟਾਈਮ ਜਦੋਂ 7 ਸਾਲ ਪਹਿਲਾਂ ਜਿਹੜਾ ਦੌਰ ਸੀਗਾ ਉਸ ਟਾਈਮ ਫੈਨ ਫੋਲੋਇੰਗ ਸਾਡੀ ਜਾਂ ਸਾਡੀ ਜਿਹੜੀ ਸਰਚਿੰਗ ਸੀਗੀ ਜਾਂ ਟੀਮ ਕੰਮ ਕਰਦੀ ਸੀ, ਅਸੀਂ ਜੋਸ਼ੀਲੇ ਗਾਣੇ, ਉਹਦੇ ਵਿੱਚ ਅਸੀਂ ਇੱਕ ਫਾਇਰ ਗਾਣਾ ਵੀ ਬਣਵਾਇਆ ਸੀ ਪੂਰੇ ਹੋਸ਼ ਵਿੱਚ ਮਾਰੇ ਫਾਇਰ ਜੱਟ ਨੇ, ਉਹ ਵੀ ਜਿਹੜਾ ਯੂਟਿਊਬ ਵੱਲੋਂ ਅਤੇ ਚੈਨਲਾਂ ਵੱਲੋਂ ਬੈਨ ਹੋਇਆ, ਹੈ ਨਾ। ਉਦੋਂ ਬਾਅਦ ਫਿਰ ਅਸੀਂ ਵੀ ਘੱਟ ਗਏ, ਹੈ ਨਾ, ਸਾਨੂੰ ਸੀਗਾ ਵੀ ਨਹੀਂ, ਵੀ ਜਦੋਂ ਆਲਰੇਡੀ ਆਪਾਂ ਨੂੰ ਲੱਗਦਾ ਵੀ ਚੀਜ਼ ਆ ਜਿਹੜੀ ਉਹ ਗਲਤ ਪਾਸੇ ਨੂੰ ਜਾ ਰਹੀ ਹੈ ਨਾ, ਅਤੇ ਮੇਰਾ ਵਿੱਚ ਗੈਪ ਵੀ ਰਿਹਾ ਸਿੰਗਿੰਗ ਦੇ। ਅਤੇ ਉਹ ਆਪਾਂ ਗੱਲ ਕਰ ਰਹੇ ਸੀਗੇ ਵੀ ਜਦੋਂ ਪਤਾ ਲੱਗਿਆ ਗਾਣੇ ਦਾ ਵੀ ਹਾਂ ਇਹਦਾ ਵੀ ਜਿਹੜਾ ਹੈਗਾ ਵੀ ਵਰਡਿੰਗ 'ਤੇ ਵੀ ਸਰਕਾਰ ਨੇ ਇਹਦੇ 'ਤੇ ਪਰਚਾ ਦਿੱਤਾ, ਅਤੇ ਪਰ ਵੱਡੀ ਗੱਲ ਇਹ ਆ ਵੀ 7 ਸਾਲ ਜਿਹੜੀ ਪੁਰਾਣੀ ਚੀਜ਼ ਆ ਉਹਨੂੰ ਆਪਾਂ ਜਾਂ ਤਾਂ ਜੇ ਉਹਨੂੰ ਰੋਕ ਸਕਦੇ ਹੁੰਦੇ ਹਾਂ, ਜਿਵੇਂ ਸਰਕਾਰ ਸਾਨੂੰ ਕੋਈ ਨੋਟਿਸ ਦੇਵੇ ਵੀ ਇਹ ਤੁਸੀਂ ਗਾਣੇ ਨਹੀਂ ਗਾਉਣੇ ਜਾਂ ਰਿਟਰਨ ਦੇ ਵਿੱਚ ਵੀ ਇਹਨੂੰ ਤੁਸੀਂ ਰਿਮੂਵ ਕਰ ਦਿਉ, ਤਾਂ ਅਸੀਂ ਉਹਨੂੰ ਰਿਮੂਵ ਕਰ ਸਕਦੇ ਹਾਂ ਜਿੱਥੇ ਜਿੱਥੇ ਤੱਕ ਸਾਡੀ ਪਹੁੰਚ ਹੈਗੀ, ਜਿਵੇਂ ਯੂਟਿਊਬ ਜਾਂ ਕਹਿ ਲਓ ਸਪੋਟੀਫਾਈ ਆ, ਪਰ ਜੋ ਚੀਜ਼ ਲੋਕਾਂ ਤੱਕ ਆਲਰੇਡੀ ਜਾ ਚੁੱਕੀ ਆ, ਘਰਾਂ ਘਰੋ ਘਰ ਪਹੁੰਚ ਚੁੱਕੀ ਆ, ਚਾਹੇ ਉਹ ਰੀਲਸ ਕਹਿ ਲਓ, ਚਾਹੇ ਉਹਨਾਂ ਦੇ ਕੋਲ ਕੋਈ ਡਾਊਨਲੋਡਿੰਗ ਦੇ ਰਾਹੀਂ ਆਡੀਓ ਜਾ ਚੁੱਕੀ ਆ, ਉਹ ਦੁਬਾਰਾ ਫਿਰ ਪੈ ਪੂ ਜਾਂਦੀ ਹੈ ਨਾ। ਅਤੇ ਪਰ ਜਿਹੜਾ ਹੁਣ ਹੁਣ ਵਾਲਾ ਦੌਰ ਆ ਇਹਦੇ ਵਿੱਚ ਇਹ ਚੀਜ਼ਾਂ ਆਲਰੇਡੀ ਬੰਦ ਹੀ ਨੇ। ਹੁਣ ਜਦੋਂ ਕੋਈ ਚੀਜ਼ ਰਿਲੀਜ਼ ਹੁੰਦੀ ਆਪਾਂ ਦੇਖ ਰਹੇ ਹਾਂ ਵੀ ਕਲਾਕਾਰਾਂ ਦੇ ਰੂਟੀਨ ਦੇ ਵਿੱਚ ਸਰਕਾਰ ਸਖਤ ਆ, ਸਾਨੂੰ ਖੁਸ਼ੀ ਵੀ ਆ ਕਿਉਂਕਿ ਭਗਵੰਤ ਮਾਨ ਸਾਹਿਬ ਸੀਨੀਅਰ ਕਲਾਕਾਰ ਨੇ, ਹੈ ਨਾ, ਅਸੀਂ ਰਿਸਪੈਕਟ ਕਰਦੇ ਹਾਂ, ਸਾਡੀ ਲਾਈਨ 'ਚੋਂ ਜਿਹੜੇ
ਹੈਗੇ ਨੇ ਸੀਨੀਅਰ ਕਲਾਕਾਰ, ਉਹ ਐਜ਼ ਅ ਸੀਐਮ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ, ਤੇ ਉਹਨਾਂ ਦੀ ਬਹੁਤ ਸੋਹਣਾ ਉਹਨਾਂ ਦਾ ਕੰਮ ਆ ਵੀ ਸਖਤਾਈ ਆ, ਅਸੀਂ ਖਾਸ ਕਰਕੇ ਇਹ ਚੀਜ਼ ਦਾ ਖਿਆਲ ਰੱਖਿਆ ਹੋਇਆ। ਅਤੇ ਪਰ ਗੱਲ ਹੈਗੀ ਇਹ ਵੀ ਹੁਣ ਪੁਰਾਣੀ ਚੀਜ਼ ਨੂੰ ਤਾਂ ਹੁਣ ਅਸੀਂ ਨਜਿੱਠਾਂਗੇ ਉੱਦਾਂ ਹੀ, ਜਿਵੇਂ ਕਿਉਂਕਿ ਕੇਸ ਬਣ ਚੁੱਕਿਆ ਇਹਦੀ ਅੱਗੇ, ਪ੍ਰੋਪਰ ਪਰਚਾ ਦਰਜ ਹੋਇਆ, ਪਰਚਾ ਦਰਜ ਹੋਇਆ ਅੱਗੇ ਇਹਦਾ। ਧਾਰਾ ਕਿਹੜੀ ਲੱਗੀ ਹੈ? 188 IPC। ਅੱਛਾ, 188 IPC ਜਿਹੜੀ ਤੁਸੀਂ ਥੋੜ੍ਹੇ ਦੇ ਧਾਰਾ ਲਾਤੀ। ਹਾਂਜੀ, ਅਤੇ ਪਰ ਇਹ ਆ ਵੀ ਅਸੀਂ, ਮੇਰਾ ਇਹੀ ਸੀਗਾ ਵੀ ਜਿਹੜੀ ਪੁਰਾਣੀ ਚੀਜ਼ ਆ ਉਹ ਉਹਦੀ ਥੋੜ੍ਹੀ ਇੱਕ ਇਨਕੁਆਇਰੀ ਵਾਂਗੂ, ਜਿਵੇਂ ਪੁਲਿਸ ਪੁੱਛ ਕੇ, ਹਾਂਜੀ ਵੀ ਕਿੱਦਾਂ ਇਹਨੂੰ ਆਪਾਂ ਰੋਕ ਸਕਦੇ ਹਾਂ, ਜੇ ਆ ਤਾਂ ਫਿਰ ਮੈਨੂੰ ਤਾਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਸੀਗੀ, ਆਪਾਂ ਉਹਨੂੰ ਸਟੋਪ ਵੀ ਕਰ ਸਕਦੇ ਸੀ ਜਾਂ ਚੀਜ਼ ਨੂੰ ਜਿੱਥੇ ਤੱਕ ਅਸੀਂ ਕਰ ਸਕਦੇ ਹਾਂ। ਥੋੜ੍ਹੀ ਹੈਪੀ ਮਤਲਬ ਨਾ ਕੋਈ ਗੱਲਬਾਤ ਹੋਈ ਸੀ ਵੀ ਮੇਰਾ ਗਾਣਾ ਲਾ ਕੇ ਕੁਛ ਇਸ ਤਰ੍ਹਾਂ? ਨਹੀਂ ਨਹੀਂ ਨਹੀਂ, ਤੁਹਾਨੂੰ ਬਸ ਰੈਂਡਮਲੀ ਪਾਤਾ ਉਹਨੇ? ਆਪਾਂ ਕਦੇ ਵੀ ਨਹੀਂ, ਅਸੀਂ ਜਦੋਂ ਸਾਨੂੰ ਪਤਾ ਲੱਗ ਜਾਂਦਾ ਨਾ ਕੋਈ ਵੀ, ਕਿਉਂਕਿ ਦੇਖੋ ਅਸੀਂ ਆਪ ਕਲਾਕਾਰ ਇੱਕ ਸਮਾਜ ਦਾ ਸ਼ੀਸ਼ਾ ਹੁੰਦਾ, ਸਾਨੂੰ ਅਸੀਂ ਸਾਰੇ ਤਰ੍ਹਾਂ ਦੇ ਗਾਣੇ ਗਾਉਂਦੇ ਹਾਂ। ਹੁਣ ਆਪਣੇ ਅੱਗੇ ਸ਼ਹੀਦਾਂ ਦੇ ਦਿਨ ਆ ਰਹੇ ਨੇ, ਧਾਰਮਿਕ ਗਾਣੇ ਵੀ ਸਾਡੇ ਰਿਕਾਰਡ ਨੇ ਜਿਹੜੇ, ਅਤੇ ਅਸੀਂ ਜਿਹੋ ਜਿਹਾ ਮਾਹੌਲ ਹੁੰਦਾ ਉਸ ਹਿਸਾਬ ਨਾਲ ਢਲਦੇ ਹਾਂ। ਸਟੇਜਾਂ 'ਤੇ ਵੀ ਇੱਦਾਂ ਹੀ ਆ, ਜੇ ਸਾਨੂੰ ਕੋਈ ਡਿਮਾਂਡ ਆਉਂਦੀ ਆ ਅਸੀਂ ਸਟੋਪ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ ਵੀ ਨਾ, ਪਰ ਹਰੇਕ ਡਿਮਾਂਡ ਐਂਡ ਸਪਲਾਈ ਦੇ ਸਿਰ 'ਤੇ ਹਰੇਕ ਬਿਜ਼ਨਸ ਚੱਲਦਾ। ਸਾਨੂੰ ਉਦੋਂ ਅਸੀਂ ਡਿਮਾਂਡਿੰਗ ਸੀਗੇ ਗਾਣਿਆਂ ਨੂੰ ਲੈ ਕੇ, ਉਦੋਂ ਇਹ ਗਾਣੇ ਅਸੀਂ ਪਰਫੋਰਮ ਕੀਤੇ, ਪਰ ਹੁਣ ਸਾਨੂੰ ਪਤਾ ਵੀ ਸਰਕਾਰ ਸਖਤ ਆ, ਤਾਂ ਅਸੀਂ ਇਹ ਚੀਜ਼ਾਂ ਦਾ ਖਾਸ ਖਿਆਲ ਰੱਖਦੇ ਹਾਂ ਵੀ ਕਿਤੇ ਵੀ ਕੋਈ ਜੋਸ਼ੀਲਾ ਗੀਤ ਜਾਂ ਕੋਈ ਉਹੋ ਜਿਹੀ ਵਰਡਿੰਗ ਨਾ ਯੂਜ਼ ਕੀਤੀ ਜਾਵੇ ਜਿਹਦੇ ਨਾਲ ਕਿਸੇ ਦਾ ਕੋਈ ਨੁਕਸਾਨ ਹੋਵੇ। ਜਦ ਪਰਚਾ ਕੱਟ ਗਿਆ ਤੁਹਾਡੇ ਤੱਕ ਖਬਰ ਪਹੁੰਚ ਗਈ, ਮੀਡੀਆ ਦੇ ਵਿੱਚ ਆ ਗਿਆ ਵੀ ਭਾਈ ਹੈਪੀ ਮੱਲਾ 'ਤੇ ਪਰਚਾ ਹੋ ਗਿਆ, ਫਿਰ ਤੁਹਾਡੀ ਗੱਲਬਾਤ ਹੋਈ ਹੈਪੀ ਦੇ ਨਾਲ? ਹੈਪੀ ਨਾਲ ਉਦੋਂ 'ਚ ਮੇਰੀ ਗੱਲ ਹੋਈ, ਮੈਨੂੰ ਪੁੱਛਿਆ, ਉਹ ਕਹਿੰਦਾ ਵੀਰੇ ਮੈਂ ਤੁਹਾਡਾ ਫੈਨ ਹਾਂ ਵੀ ਮੈਂ ਗਾਣੇ ਤੁਹਾਡੇ ਸੁਣਦਾ ਰਹਿੰਦਾ। ਮੈਂ ਕਿਹਾ ਵੀ ਕੀ ਹੋਇਆ ਸੀ? ਉਹਨੇ ਮੈਨੂੰ ਦੱਸਿਆ ਵੀ ਮੈਂ ਰੀਲ ਜਿਹੜੀ ਹੈਗੀ ਉਹ ਪਾਈ ਸੀਗੀ ਆਪਦੇ ਅਕਾਊਂਟ 'ਤੇ, ਵੀ ਉਹ ਤੋਂ ਬਾਅਦ ਕਹਿੰਦਾ ਵੀ ਮੇਰੇ 'ਤੇ ਕਾਰਵਾਈ ਹੋਈ ਆ ਵੀ ਨਾਲ ਹੀ ਉਹਨਾਂ ਨੇ ਤੁਹਾਡਾ ਜਿਵੇਂ ਨਾਮ ਮੈਂਸ਼ਨ ਕੀਤਾ। ਅਤੇ ਫਿਰ ਮੈਂ ਉਹਨੂੰ ਇਹੀ ਕਿਹਾ, ਮੈਂ ਕਿਹਾ ਵੀ ਅੱਗੇ ਤੋਂ ਤੂੰ ਆਪਦਾ ਖਿਆਲ ਰੱਖੋ। ਕਹਿੰਦਾ ਵੀ ਪਰ ਮੈਂ ਆਪਦੇ ਵੱਲੋਂ ਕਹਿੰਦਾ ਵੀ ਮੈਂ ਸਟੋਪ ਹਾਂ, ਮੈਂ ਕਿਤੇ ਵੀ ਇਹਨੂੰ ਨਹੀਂ ਕਰ ਰਿਹਾ ਪਰਫੋਰਮ, ਕਹਿੰਦਾ ਕਿਉਂਕਿ ਸਟੰਟ ਵੀ ਬੈਨ ਨੇ। ਅਤੇ ਮੈਂ ਖਾਸ ਕਰਕੇ ਇਹ ਦੱਸਣਾ ਚਾਹੁੰਦਾ ਵੀ ਜਦੋਂ 7 ਸਾਲ ਪਹਿਲਾਂ ਅਸੀਂ ਸਟੰਟ, ਕਿਉਂਕਿ ਅਸੀਂ ਵੀ ਪਹਿਲੇ ਗਾਣੇ ਦੇ ਵਿੱਚ ਇਹਦੇ ਵਿੱਚ ਸਟੰਟ ਲੈ ਕੇ ਆਏ ਸੀਗੇ ਪੰਜਾਬ ਦੇ ਵਿੱਚ ਟਰੈਕਟਰਾਂ ਦੇ, ਹਾਂਜੀ ਊਂ ਉਹ ਮੁੰਡੇ ਜਿਹੜੇ ਕਰਦੇ ਸੀ ਆਮ ਜਾ ਕੇ ਖੇਡਾਂ 'ਤੇ, ਉਹਨਾਂ ਕੋਲ ਪ੍ਰੋਪਰ ਪਰਮਿਸ਼ਨ ਹੁੰਦੀ ਸੀਗੀ ਅਤੇ ਨਾਲੇ ਉਹ ਸੇਫਟੀ ਦੇ ਨਾਲ ਕਰਦੇ ਸੀ, ਉਹਨਾਂ ਦੇ ਟਰੈਕਟਰ 'ਤੇ ਗਾਰਡ ਲੱਗਿਆ ਹੁੰਦਾ ਸੀ। ਅਤੇ ਹੁਣ ਅੱਜ ਕੱਲ੍ਹ ਦੇਖ ਕੇ ਫਿਰ ਉਹ ਅੱਗੇ ਦੀ ਅੱਗੇ ਜਿਹੜੇ ਹੈਗੇ ਨੇ ਯੂਥ ਆ ਉਹ ਕਰਨ ਲੱਗ ਜਾਂਦਾ ਨਾ ਸਟੰਟ। ਹੁਣ ਹਾਲ ਹੀ ਦੇ ਵਿੱਚ ਮੌਤ ਵੀ ਹੋਈ, ਮੌਤ ਹੋਈ ਉਹਦੇ ਕਰਕੇ ਬੈਨ, ਉਹਦੇ ਕਰਕੇ ਹਾਂਜੀ ਬੈਨ। ਅਤੇ ਉਹਨੂੰ ਮੈਂ ਪੁੱਛਿਆ ਵੀ ਬਕਾਇਦਾ ਹੈ ਨਾ, ਜਦੋਂ ਸਰਕਾਰੀ ਬੈਨ ਸ਼ੂਟ ਕੀਤਾ ਸੀ ਵੀ ਸੇਫਟੀ ਕੀ ਆ ਤੇਰੀ? ਅਤੇ ਉਹਨੇ ਸਾਨੂੰ ਦੱਸਿਆ ਵੀ ਵੀਰੇ ਸੇਫ ਆ ਇੱਦਾਂ ਵੀ ਮੈਂ ਪਰਫੋਰਮ ਕਰੂੰਗਾ। ਮੈਂ ਕਿਹਾ ਚਲੋ ਗੁੱਡ ਆ ਹੈ ਨਾ। ਅਤੇ ਉਦੋਂ ਨਹੀਂ ਸੀ, ਉਦੋਂ ਬਾਅਦ ਹੋਏ ਜਦੋਂ ਬੈਨ ਹੋ ਗਏ ਇਹ, ਅਤੇ ਇਹ ਚਲੋ ਹੈਪੀ ਹੋਣੀ ਤਾਂ ਪ੍ਰੋਫੈਸ਼ਨਲੀ ਕਰਦੇ ਹੀ ਨੇ, ਪਰ ਇਹਨਾਂ ਨੂੰ ਦੇਖ ਕੇ ਵੀ ਅੱਗੇ ਯੂਥ ਲੱਗ ਕਰਦਾ ਹਾਂ, ਜਾਂ ਤਾਂ ਇਹ ਆ ਵੀ ਹੁਣ ਕੋਈ ਇਹ ਹਿਸਾਬ ਨਾਲ ਘਰੋਂ ਘਰੀ ਵੀ ਉਹ ਚੀਜ਼ ਦੀ ਅਵੇਅਰਨੈਸ ਚਾਹੀਦੀ ਆ ਵੀ ਆਪਾਂ ਤਾਂ ਹੁਣ ਬਾਲੀਵੁੱਡ 'ਚ ਵੀ ਦੇਖਦੇ ਹਾਂ ਸਟੰਟ ਬਾਜੀ ਸਾਰੇ ਕਿਤੇ, ਇਸ ਤੋਂ ਵੀ ਖਤਰਨਾਕ ਸਟੰਟ। ਹਾਂ, ਪਰ ਉਹ ਪ੍ਰੋਫੈਸ਼ਨਲੀ ਹੁੰਦੇ ਨੇ ਅਤੇ ਉਹਦੀ ਦੇਖ ਰੇਖ ਦੇ ਵਿੱਚ ਹਰ ਇੱਕ ਚੀਜ਼ ਆ ਜਿਹੜੀ ਉਹ ਸੇਫਟੀ ਨਾਲ ਰੱਖੀ ਹੁੰਦੀ ਆ ਵੀ ਜੇ ਕੋਈ ਵੀ ਸਟੰਟ ਕਰਨਾ, ਜੇ ਇਹਦਾ ਐਟ ਦਾ ਟਾਈਮ ਸ਼ੂਟਿੰਗ ਟਾਈਮ ਵੀ ਕੋਈ ਇਹਦਾ ਹੁੰਦਾ ਤਾਂ ਉਹਨੂੰ ਸਾਂਭ ਸਕਣ ਉਹ। ਅਤੇ ਪਹਿਲਾਂ ਤਾਂ ਮੈਂ ਇਹੀ ਮੈਸੇਜ ਦਿੰਦਾ ਯੂਥ ਨੂੰ ਵੀ ਤੁਸੀਂ ਜਦੋਂ ਵੀ ਕੋਈ ਗਾਣਾ ਦੇਖਦੇ ਹੋ ਉਹਨੂੰ ਐਂਟਰਟੇਨਮੈਂਟ ਵਾਂਗੂ ਹੀ ਲਿਆ ਕਰੋ, ਸੁਣ ਕੇ ਛੱਡ ਦਿਆ ਕਰੋ। ਜੇ ਤੁਹਾਡਾ ਦਿਲ ਕਰਦਾ ਵੀ ਤੁਸੀਂ ਸਟੰਟਮੈਨ ਬਣਨਾ ਜਾਂ ਕੋਈ ਇਹੋ ਜਿਹੀਆਂ ਪਰਫੋਰਮੈਂਸਾਂ ਕਰਨੀਆਂ ਨੇ ਤਾਂ ਬਕਾਇਦਾ ਇਹਦੀ ਟ੍ਰੇਨਿੰਗ ਲਓ ਜਿਹੜੇ ਬੰਦੇ ਕਰਦੇ। ਹਾਂ, ਜੇ ਵਾਕਈ ਇਹਦੀ ਮਿਲਦੀ ਹੋਵੇ ਟ੍ਰੇਨਿੰਗ ਤਾਂ ਟ੍ਰੇਨਿੰਗ ਥਰੂ ਵੀ ਆਪਾਂ ਚੀਜ਼ਾਂ ਪਰਫੋਰਮ ਕਰ ਹੀ ਸਕਦੇ ਹਾਂ, ਕਰ ਸਕਦੇ। ਅੱਛਾ, ਜਿਹੜੀ ਹੈਪੀ ਨੇ ਵੀਡੀਓ ਅਪਲੋਡ ਕੀਤੀ ਸੀ, ਇਹ ਵੀਡੀਓ ਹਾਲ ਹੀ ਦੇ ਦਿਨਾਂ ਦੇ ਵਿੱਚ ਕਿਤੇ ਬਣਾਈ ਸੀ ਕਿ ਪੁਰਾਣੀ ਵੀਡੀਓ ਚੱਕ ਕੇ? ਨਹੀਂ ਨਹੀਂ ਨਹੀਂ, ਇਹਨੇ ਹੁਣੀ ਰੀਸੈਂਟਲੀ ਇਹਨੇ ਪਿਛਲੇ ਮੈਨੂੰ ਲੱਗਦਾ 10 ਜਾਂ 11 ਤਰੀਕ ਦਾ ਕਿਸੇ ਨਵਾਂ ਸ਼ਹਿਰ ਕਿਸੇ ਪਿੰਡ ਦੇ ਵਿੱਚ ਸੀਗਾ ਆਪਣੇ ਮੇਲਾ, ਉੱਥੇ ਇਹਨੇ ਪਰਫੋਰਮ ਕੀਤਾ। ਬੈਨ ਹੋਣ ਤੋਂ ਬਾਅਦ ਦੀ ਗੱਲ ਹੈ, ਯਾਨੀ ਜਦ ਇਹ ਟਰੈਕਟਰ ਬੈਨ ਹੋ ਗਏ ਸੀ ਉਸ ਤੋਂ ਬਾਅਦ? ਉਸ ਤੋਂ ਬਾਅਦ ਕੀਤਾ, ਉਸ ਤੋਂ ਬਾਅਦ ਕੀਤੇ ਜਾਂ ਮੈਨੂੰ ਉਹਨੇ ਜਿੱਦਾਂ ਦੱਸਿਆ, ਉਹ ਕਹਿੰਦਾ ਵੀ ਮੈਂ ਗਿਆ ਸੀ ਅਤੇ ਉਦੋਂ ਬਾਅਦ 'ਚ ਮੈਂ ਰੀਲ ਪਾਈ ਅਤੇ ਉਹਦੇ 'ਤੇ ਉਹਨਾਂ ਨੇ ਕੇਸ ਬਣ ਗਿਆ।
ਪਰ ਤੁਸੀਂ ਕਿਤੇ ਨਾ ਕਿਤੇ ਇਸ ਨੂੰ ਚੰਗਾ ਵੀ ਮੰਨਦੇ ਹੋ ਵੀ ਜੇ ਸਖ਼ਤ ਫੈਸਲੇ ਹੋ ਰਹੇ ਨੇ ਸ਼ਾਇਦ ਹੋ ਸਕਦਾ ਪੰਜਾਬ ਦੀ ਜਵਾਨੀ ਨੂੰ ਕਿਸੇ ਨਵੇਂ ਸੇਧ ਵੱਲ ਵੀ ਪਾਇਆ ਜਾ ਸਕਦਾ ਵੀ ਜਿਹੜੀ ਮਾੜੀ ਸੰਗਤ ਵੱਲ ਕਹਿ ਦਿੰਦੇ ਆ ਜਾਂ ਕੁਛ ਇਸ ਤਰੀਕੇ ਦੇ ਨਾਲ ਲੋਕ ਪਿੱਛੇ ਲੱਗਦੇ ਨੇ ਅਨਟ੍ਰੇਨਡ ਬੰਦੇ ਨਾਲ ਚੱਲਦੇ ਨੇ ਜਿਵੇਂ ਤੁਸੀਂ ਦੱਸਿਆ ਵੀ ਪ੍ਰੋਫੈਸ਼ਨਲ ਤਰੀਕੇ ਨਾਲ ਕਰੋ ਵੱਖਰੀ ਗੱਲ ਆ ਹਾਂਜੀ ਪਰ ਅਨਟ੍ਰੇਨਡ ਤਰੀਕੇ ਦੇ ਨਾਲ ਕਈ ਵਾਰ ਬੰਦਾ ਉਸਨੂੰ ਦੁਹਰਾਉਣ ਦੀ ਕੋਸ਼ਿਸ਼ ਕਰਦਾ ਸੱਟ ਫੇਟ ਲੱਗਦੀ ਹੈ ਜਾਨੀ ਨੁਕਸਾਨ ਵੀ ਹੁੰਦਾ ਉਸ ਚੀਜ਼ ਤੋਂ ਬਚਣ ਵਾਸਤੇ ਚੰਗਾ ਉਪਰਾਲਾ ਵੀ ਸੀ ਸਰਕਾਰ ਦਾ ਬਹੁਤ ਵਧੀਆ ਗੱਲ ਆ ਨਹੀਂ ਕਿਉਂਕਿ ਬਹੁਤ ਵਧੀਆ ਉਪਰਾਲਾ ਇਹ ਸਖਤਾਈ ਤੋਂ ਬਿਨਾਂ ਮੈਨੂੰ ਨਹੀਂ ਲੱਗਦਾ ਵੀ ਚੀਜ਼ਾਂ ਨੂੰ ਨੱਥ ਪਾਈ ਜਾ ਸਕਦੀ ਹੈ ਅਤੇ ਬਹੁਤ ਵਧੀਆ ਇਹ ਵੀ ਹਾਂ ਚਾਹੀਦੇ ਆ ਕਿਉਂਕਿ ਪਹਿਲਾਂ ਆਪਾਂ ਦੇਖਿਆ ਵੀ ਉਹ ਜਿਹੜੇ ਹੈਗੇ ਆ ਬੁਲਟ ਮੋਟਰਸਾਈਕਲਾਂ ਦੇ ਜਿਹੜੇ ਸੀਗੇ ਹਾਂ ਉਹ ਸਟੰਟ ਹੁੰਦੇ ਸੀ ਉਹ ਪਟਾਕੇ ਵਾਲਾ ਜਿਹੜਾ ਸੀ ਉਹ ਸਾਇਲੈਂਸਰ ਹੀ ਸਾਰੇ ਬੈਨ ਹੋਏ ਅਤੇ ਫਿਰ ਉਹ ਚੀਜ਼ਾਂ ਵੀ ਸਟੋਪ ਹੋਈਆਂ ਹਨ ਕਿਉਂਕਿ ਉਹਦੇ ਨਾਲ ਵੀ ਕਿੰਨੀਆਂ ਜਾਨਾਂ ਗਈਆਂ ਹਨ ਅਤੇ ਇਹ ਵੀ ਬਹੁਤ ਵਧੀਆ ਫੈਸਲਾ ਅਸੀਂ ਇਹਦੇ ਨਾਲ ਸਹਿਮਤ ਹਾਂ ਕਿਉਂਕਿ ਹੋਣਾ ਵੀ ਚਾਹੀਦਾ ਕਿਉਂਕਿ ਜੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਦੇਖ ਕੇ ਐਜ਼ ਆ ਐਂਟਰਟੇਨਮੈਂਟ ਠੀਕ ਆ ਖੁਸ਼ੀ ਅਸੀਂ ਮਿਊਜ਼ਿਕ ਦਾ ਕੰਮ ਕਰਦੇ ਹਾਂ ਸਾਡੇ ਗਾਣਿਆਂ ਨੂੰ ਦੇਖ ਕੇ ਕਿਤੇ ਖੁਸ਼ੀ ਹੁੰਦੀ ਹੈ ਕਿਤੇ ਭੰਗੜੇ ਪੈਂਦੇ ਨੇ ਗੋਡਾ ਪਰ ਅਸੀਂ ਖੁਦ ਹੀ ਨਹੀਂ ਚਾਹੁੰਦੇ ਹੈਗੇ ਵੀ ਸਾਡੇ ਗਾਣੇ ਦੇਖ ਕੇ ਇਹ ਚੀਜ਼ਾਂ ਹੋਣ ਜੀ ਜੀ ਅਤੇ ਸਖ਼ਤ ਅਸੀਂ ਅਗਾਹਾਂ ਵੀ ਜਿਹੜੇ ਆਉਣ ਵਾਲੇ ਵੀ ਫੈਸਲੇ ਆ ਸਰਕਾਰ ਦੇ ਜੀ ਜੇ ਖਾਸ ਕਰਕੇ ਕੋਈ ਨਸ਼ੇ ਦੇ ਖਿਲਾਫ਼ ਕੋਈ ਗੀਤਾਂ ਦੇ ਖਿਲਾਫ਼ ਵੀ ਹੋਊਗਾ ਉਹਦੇ ਨਾਲ ਵੀ ਸਹਿਮਤ ਕਿਉਂਕਿ ਐਜ਼ ਏ ਕਮਰਸ਼ੀਅਲ ਪੱਖ ਹੋਰ ਬਹੁਤ ਕੁਛ ਆ ਗਾਉਣ ਨੂੰ ਅਸੀਂ ਗਾ ਸਕਦੇ ਹਾਂ ਕਿਉਂਕਿ ਪਰਫੋਰਮੈਂਸ ਗੀਤ ਬਹੁਤ ਨੇ ਪੁਰਾਣੇ ਲੋਕ ਗੀਤ ਹੈਗੇ ਨੇ ਉਹਨਾਂ ਨੂੰ ਕਮਰਸ਼ੀਅਲੀ ਆਪਾਂ ਢਾਲ ਸਕਦੇ ਹਾਂ ਅਤੇ ਪਰ ਇਹ ਆ ਵੀ ਜਿੱਦਾਂ ਜਿੱਦਾਂ ਸਰਕਾਰ ਦੇ ਹਦਾਇਤਾਂ ਹੋਣਗੀਆਂ ਉੱਦਾਂ ਉੱਦਾਂ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਜਾਂਦਿਆਂ ਦੇ ਇੱਕ ਸਵਾਲ ਜ਼ਰੂਰ ਬਣਦਾ ਮੇਰੇ ਮਨ ਜ਼ਹਿਨ ਦੇ ਵਿੱਚ ਆ ਕੇ ਕਮਲ ਬਾਈ ਤੁਸੀਂ ਪੁਰਾਣੇ ਆਰਟਿਸਟ ਹੋ ਤੁਸੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਗ੍ਰਾਫ ਵੀ ਵੇਖਿਆ ਉੱਪਰ ਜਾਂਦਾ ਥੱਲੇ ਜਾਂਦਾ ਦੇਖਿਆ ਮੈਂ ਅਕਸਰ ਸਵਾਲ ਨਾ ਕਿਸੇ ਕਲਾਕਾਰ ਨੂੰ ਜਦ ਮਿਲਦਾ ਉਹਨਾਂ ਤਾਂ ਜ਼ਰੂਰ ਕਰਦਾ ਹੁੰਦਾ ਜੇ ਕਿਸੇ ਆਡੀਅੰਸ ਨੂੰ ਪੁੱਛਾਂ ਤਾਂ ਆਡੀਅੰਸ ਕਹਿੰਦੀ ਹੈ ਵੀ ਸਾਨੂੰ ਕਲਾਕਾਰ ਇਹੋ ਜਿਹਾ ਗਾਣਾ ਪਰੋਸਦਾ ਅਸੀਂ ਤਾਂ ਸੁਣਦੇ ਹਾਂ ਹਾਂਜੀ ਜੇ ਕਲਾਕਾਰ ਨੂੰ ਮੈਂ ਇਹ ਸਵਾਲ ਕਰ ਲਾਂ ਵੀ ਕਿਉਂਕਿ ਜ਼ਿਆਦਾਤਰ ਯੂਥ ਜਾਂ ਕਹਿ ਦੇ ਵੀ ਜਾਂ ਖਾਸ ਕਰਕੇ ਆਪਣੇ ਬਜ਼ੁਰਗ ਵੱਡੇ ਵੱਡੇ ਰੇਡ ਨੇ ਉਹ ਐਂ ਕਹਿੰਦੇ ਨੇ ਵੀ ਇਹ ਕਲਾਕਾਰਾਂ ਨੇ ਇਹ ਗਾਇਆ ਕਲਾਕਾਰ ਨੌਜਵਾਨੀ ਨੂੰ ਖਰਾਬ ਕਰ ਰਹੇ ਨੇ ਨੌਜਵਾਨੀ ਨੂੰ ਪੁੱਛ ਲਈ ਤਾਂ ਨੌਜਵਾਨੀ ਕਹਿੰਦੇ ਕਲਾਕਾਰ ਇੱਦਾਂ ਦਾ ਗਾਉਂਦੇ ਨੇ ਇਸ ਤਰ੍ਹਾਂ ਤਾਂ ਕਰਕੇ ਸੁਣ ਲੈਂਦੇ ਆ ਯਾਨੀ ਕਲਾਕਾਰ ਆਡੀਅੰਸ ਨੂੰ ਕਹਿੰਦਾ ਆਡੀਅੰਸ ਕਲਾਕਾਰ ਨੂੰ ਕਹਿੰਦੀ ਹੈ ਹਾਂਜੀ ਤੁਸੀਂ ਅਸਲ ਮਾਇਨੇ 'ਤੇ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਵੀ ਜੇ ਕੋਈ ਲੱਗਦਾ ਪਿੱਛੇ ਜੇ ਕਿਸੇ ਨੌਜਵਾਨ ਕੋਈ ਕੁਛ ਐਸਾ ਸਟੈਪ ਚੱਕਦਾ ਵੀ ਹੈ ਹਾਂਜੀ ਉਹਦੇ ਵਿੱਚ ਗਾਣਿਆਂ ਦਾ ਫਰਕ ਹੁੰਦਾ ਕਲਾਕਾਰ ਦੀ ਗਲਤੀ ਹੁੰਦੀ ਕਿ ਆਡੀਅੰਸ ਸੁਣਨ ਵਾਲੇ ਦੀ ਗਲਤੀ ਹੁੰਦੀ ਹੈ ਦੇਖੋ ਦੇਖੋ ਪੁਰਾਣੇ ਜੇ ਤਾਂ ਹੁਣ ਆਪਾਂ ਪੁਰਾਣੇ ਦੇ ਹਿਸਾਬ ਨਾਲ ਦੇਖ ਕੇ ਚੱਲਦੇ ਹਾਂ ਤਾਂ ਜਿਹੜੇ ਜਸ਼ੀਲੇ ਗੀਤ ਨੇ ਜਾਂ ਚੱਕਵੇਂ ਗੀਤ ਆਪਾਂ ਕਹਿ ਦਈਏ ਜਿਨ੍ਹਾਂ ਨਾਲ ਜੋਸ਼ ਆਉਂਦਾ ਹੈ ਨਾ ਪੰਜਾਬ ਇੱਕ ਤਾਂ ਪੰਜਾਬੀ ਜਿਹੜੀ ਆਪਣੀ ਕੌਮ ਆ ਨਾ ਇਹ ਵੈਸੀ ਜਸ਼ੀਲੀ ਆ ਠੀਕ ਆ ਜੀ ਆਪਾਂ ਆਮ ਵੀ ਦੇਖਦੇ ਹਾਂ ਨਾ ਆਪਣੇ ਕੋਈ ਵੀ ਆਮ ਵੀ ਕਿਤੇ ਆਪਾਂ ਪਿੱਛੇ ਜੇ ਧਰਨਿਆਂ 'ਚ ਵੀ ਦੇਖਿਆ ਵੀ ਇੱਕ ਨੇ ਜਿਹੜੀ ਗੱਲ ਕਰਤੀ ਹੈ ਨਾ ਤਾਂ ਪਿੱਛੇ ਸਾਰੇ ਤੁਰ ਪੈਂਦੇ ਹੈ ਨਾ ਫਰਕ ਤਾਂ ਹੈਗਾ ਉਹ ਚੀਜ਼ ਦਾ ਵੀ ਜਸ਼ੀਲੀ ਜਿਹੜੀ ਗੱਲ ਆ ਉਹ ਚੰਗੀ ਲੱਗਦੀ ਆ ਅਤੇ ਪਰ ਇਹ ਮੈਂ ਫਿਰ ਵੀ ਇਹ ਚਾਹੁੰਦਾ ਵੀ ਆਪਦੇ ਵੱਲੋਂ ਇੱਕ ਮੈਂ ਮੈਸੇਜ ਲਾਉਣਾ ਚਾਹੁੰਦਾ ਹਾਂ ਨਾ ਸਾਰਿਆਂ ਨੂੰ ਸੁਣਨੇ ਵਾਲਿਆਂ ਨੂੰ ਜਾਂ ਜਿਹੜੇ ਡਿਮਾਂਡ ਕਰਦੇ ਨੇ ਗਾਣੇ ਦੀ ਜਿਹੜੇ ਗਾਣੇ ਬਣਾਉਂਦੇ ਨੇ ਵੀ ਫਿਰ ਵੀ ਇਹਦਾ ਕੋਈ ਨਾ ਕੋਈ ਸੈਂਸਰ ਜਾਂ ਕੋਈ ਨਾ ਕੋਈ ਚੀਜ਼ ਚਾਹੀਦੀ ਆ ਵੀ ਜਿਹਦੇ ਨਾਲ ਇਹਦੇ 'ਤੇ ਨੱਥ ਬੰਨ੍ਹੀ ਜਾਵੇ ਇਹਦੇ ਵਿੱਚ ਹੁਣ ਮੈਂ ਅੱਜ ਦੇ ਟਾਈਮ ਦੇ ਵਿੱਚ ਨਾ ਤਾਂ ਕਲਾਕਾਰਾਂ ਨੂੰ ਇਹ ਗੱਲ ਕਹਿੰਦਾ ਵੀ ਕਲਾਕਾਰਾਂ ਦਾ ਦੋਸ਼ ਆ ਨਾ ਸੁਣਨੇ ਵਾਲਿਆਂ ਦਾ ਇਹ ਸਾਰਾ ਸਿਸਟਮ ਹੀ ਆਪਣਾ ਇਹ ਆ ਵੀ ਜੋ ਇੱਕ ਦੂਜੇ ਨਾਲ ਜੁੜਿਆ ਹੋਇਆ ਹੁਣ ਜੇ ਤੁਸੀਂ ਮੈਨੂੰ ਇੱਥੇ ਖੜ ਕੇ ਅੱਜ ਡਿਮਾਂਡ ਕਰਦੇ ਹੋ ਵੀ ਵੀਰੇ ਸਰਕਾਰੀ ਬੈਨ ਵਾਲਾ ਗਾਣਾ ਸੁਣਾ ਤਾਂ ਡਿਮਾਂਡ ਤਾਂ ਮੇਰੀ ਹੋਈ ਹਾਂ ਮੈਂ ਸਟੋਪ ਕਰ ਦੂੰਗਾ ਕਿਉਂਕਿ ਮੈਨੂੰ ਪਤਾ ਵੀ ਆਪਾਂ ਦੋ ਹੀ ਹਾਂ ਪਰ ਜੇ ਹੁਣ 50 ਬੰਦੇ ਜਾਂ 100 ਬੰਦੇ ਜਾਂ 150 ਬੰਦਾ ਕਹਿ ਰਿਹਾ ਵੀ ਵੀਰੇ ਆਹੋ ਜਿਹਾ ਗਾਣਾ ਗਾ ਜਾਏ ਕਰ ਤਾਂ ਉਹ ਜੀ ਸਾਨੂੰ ਕਿਉਂਕਿ ਸਾਡਾ ਵੀ ਕੰਮ ਆ ਹੈ ਨਾ ਤਾਂ ਸਾਨੂੰ ਥੋੜ੍ਹਾ ਬਹੁਤ ਘੰਟਾਲਣਾ ਪੈਂਦਾ ਹੀ ਆ ਆਪਦੇ ਕੰਮ ਦੇ ਚੱਕਰ 'ਚ ਪਰ ਸਾਡੀ ਮੋਸਟਲੀ ਅੰਦਰੋਂ ਇਹ ਫੀਲਿੰਗ ਨਹੀਂ ਹੁੰਦੀ ਹੈਗੀ ਵੀ ਹਾਂ ਯਾਰ ਵੀ ਨੁਕਸਾਨ ਕਰਕੇ ਹੀ ਆਪਦਾ ਫਾਇਦਾ ਕੀਤਾ ਜਾਵੇ ਕਿਉਂਕਿ ਕਲਾਕਾਰ ਇੱਕ ਇਹੋ ਜਿਹਾ ਇਨਸਾਨ ਹੁੰਦਾ ਆਮ ਜਿਵੇਂ ਮੈਨੂੰ ਲੱਗਦਾ ਬਾਕੀਆਂ ਦਾ ਹੁਣ ਮੈਨੂੰ ਪਤਾ ਨਹੀਂ ਵੀ ਉਹ ਚੰਗਾ ਹੀ ਸੋਚਦਾ ਉਹਦਾ ਸੁਨੇਹਾ ਵੀ ਚੰਗਾ ਹੀ ਹੁੰਦਾ ਵੀ ਹਾਂ ਯਾਰ ਕੁਛ ਚੰਗਾ ਹੀ ਡਿਲੀਵਰ ਕੀਤਾ ਜਾਵੇ ਕਿਉਂਕਿ ਆਪਾਂ ਦੇਖਦੇ ਹਾਂ ਸਾਰਾ ਯੂਨੀਵਰਸ ਕਨੈਕਟ ਇੱਕ ਦੂਜੇ ਨਾਲ ਜਿਹੋ ਜਿਹਾ ਕੁਛ ਤੁਸੀਂ ਦਿਓਗੇ ਉਹ ਜਿਹਾ ਹੀ ਵਾਪਸ ਆਉਣਾ ਹੈ ਬਿਲਕੁਲ ਅਤੇ ਇਸ ਕਰਕੇ ਆ ਵੀ ਆਪਣੇ ਵੱਲੋਂ ਇਹੀ ਟਰਾਈ ਆ ਵੀ ਵਧੀਆ ਤੋਂ ਵਧੀਆ ਸੌਂਗਸ ਅਤੇ ਇੱਕ ਫੈਮਿਲੀ ਸੌਂਗਸ ਅਤੇ ਉਹੋ ਜਿਹਾ ਐਂਟਰਟੇਨਮੈਂਟ ਹੀ ਪੇਸ਼ ਕੀਤਾ ਜਾਵੇ ਜਿਹਦੇ ਨਾਲ ਕਿਸੇ ਦਾ ਕੋਈ ਨੁਕਸਾਨ ਨਾ ਹੋ
ਬਹੁਤ ਬਹੁਤ ਧੰਨਵਾਦ ਕਮਲ ਬਾਈ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਸੋ ਕਲੈਰੀਫਿਕੇਸ਼ਨ ਇਹ ਬਹੁਤ ਜ਼ਰੂਰੀ ਸੀ ਦੋਸਤੋ, ਕਿਉਂਕਿ ਬਾਈ ਉਹਨਾਂ ਦਾ ਗਾਣਾ 7 ਸਾਲ ਪੁਰਾਣਾ ਸੀ ਤਕਰੀਬਨ 2016 ਦੇ ਵਿੱਚ, ਦੱਸਿਆ ਜਾ ਰਿਹਾ ਕਿ 2016 ਦੇ ਵਿੱਚ ਉਹ ਗਾਣਾ ਆਇਆ ਅਤੇ ਉਸ ਤੋਂ ਬਾਅਦ ਅੱਜ ਤਕਰੀਬਨ 7 ਸਾਲ ਹੋ ਗਏ ਉਸ ਗਾਣੇ ਨੂੰ ਰਿਲੀਜ਼ ਹੋਏ ਨੂੰ, ਅਤੇ ਉਸ ਗਾਣੇ ਦੇ ਉੱਤੇ ਵੀ ਪਰਚਾ, ਯਾਨੀ ਉਸ ਕਲਾਕਾਰ 'ਤੇ ਪਰਚਾ, ਬਾਈ ਕਮਲ ਗਰੇਵਾਲ 'ਤੇ ਵੀ ਪਰਚਾ ਜਿਹੜਾ ਆ ਉਹ ਦਰਜ ਕੀਤਾ ਗਿਆ। ਹੁਣ ਇਸ ਚੀਜ਼ ਨੂੰ ਕਿੰਨਾ ਕੁ ਸਹੀ ਆ ਕਿੰਨਾ ਕੁ ਗਲਤ ਹੈ, ਹੁਣ ਇਹ ਆਪਣੀ ਗੱਲ ਨੂੰ ਕਲੈਰੀਫਾਈ ਇਹ ਕੋਰਟ ਦੇ ਵਿੱਚ ਜੱਜ ਦੇ ਸਾਹਮਣੇ ਜ਼ਰੂਰ ਕਰਨਗੇ। ਪਰ ਮੈਂ ਚਾਹੁੰਦਾ ਜਿਹੜੇ ਵੀਡੀਓ ਖਾਸ ਕਰਕੇ ਨੌਜਵਾਨੀ ਵੇਖ ਰਹੀ ਆ, ਇਹਨਾਂ ਚੀਜ਼ਾਂ ਤੋਂ ਬਚੋ ਜਿਹੜੀ ਚੀਜ਼ਾਂ 'ਤੇ ਪੂਰਨ ਤੌਰ 'ਤੇ ਸਰਕਾਰ ਨੇ ਬੈਨ ਕਰਤਾ ਕਿ ਹਾਂ ਇਹ ਚੀਜ਼ਾਂ ਨੂੰ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਮੈਦਾਨਾਂ ਦੇ ਵਿੱਚ ਕਰਨਾ ਬਿਲਕੁਲ ਠੀਕ ਨਹੀਂ, ਉਹਨਾਂ ਚੀਜ਼ਾਂ ਨੂੰ ਪਰਫੋਰਮ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਹੋ ਸਕਦਾ ਇਸ ਚੀਜ਼ ਦੇ ਨਾਲ, ਸਭ ਤੋਂ ਪਹਿਲੀ ਗੱਲ ਤਾਂ ਤੁਹਾਡੀ ਜਾਨੀ ਨੁਕਸਾਨ ਤੁਹਾਨੂੰ ਹੋ ਸਕਦਾ। ਤੁਸੀਂ ਦੇਖਿਆ ਕਿ ਇੱਕ ਨੌਜਵਾਨ ਸੀ, ਬਹੁਤ ਘੱਟ ਉਮਰ ਸੀ, ਕੋਈ ਜ਼ਿਆਦਾ ਉਮਰ ਨਹੀਂ ਸੀ ਉਸਦੀ, ਅਤੇ ਉਹ ਨੌਜਵਾਨ ਦਸਤਾਰ ਵੀ ਬੰਨ੍ਹੀ ਹੋਈ ਸੀ ਅਤੇ ਉਹ ਟਰੈਕਟਰ ਦਾ ਸਟੰਟ ਕਰ ਰਿਹਾ ਸੀ, ਉਹ ਟਰੈਕਟਰ ਘੁੰਮਦੇ ਘੁੰਮਦੇ ਉਸ ਟਰੈਕਟਰ ਦੇ ਥੱਲੇ ਆ ਗਿਆ, ਜਾਣੇ ਅਣਜਾਣੇ ਦੇ ਵਿੱਚ ਉਸ ਤੋਂ ਕੁਝ ਐਸੀ ਭੁੱਲ ਹੋਈ ਕਿ ਉਸਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣਾ ਪਿਆ। ਆਪਾਂ ਕਈ ਵਾਰ ਕੁਝ ਐਸੀਆਂ ਗਲਤੀਆਂ 1 ਸਕਿੰਟ ਦੇ ਝਟਕੇ ਦੇ ਵਿੱਚ ਕਰ ਲੈਂਦੇ ਕਿ ਜਿਸਦਾ ਆਪਾਂ ਨੂੰ ਹਰਜਾਨਾ ਸਾਰੀ ਉਮਰ ਭੁਗਤਣਾ ਪੈਂਦਾ, ਅਤੇ ਸਿਰਫ ਆਪਾਂ ਨੂੰ ਹੀ ਨਹੀਂ ਆਪਣੇ ਪਰਿਵਾਰ ਨੂੰ ਵੀ ਪਿੱਛੇ ਸਾਰੀ ਉਮਰ ਭੁਗਤਣਾ ਪੈਂਦਾ। ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ, ਅਸੀਂ ਹੋਰ ਵੀਡੀਓ ਸਮੇਂ ਸਮੇਂ ਸਿਰ ਤੁਹਾਡੇ ਤੱਕ ਸਾਂਝੀ ਕਰਦਾ ਰਹੂੰਗਾ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਵੱਲ ਨੂੰ ਦਿਓ ਇਜਾਜ਼ਤ, ਧੰਨਵਾਦ।